डीजल और पेट्रोल के बढ़ते दामों से परेशान किसानों ने सेक्टर 21 के पेट्रोल पंप के आगे किया धरना प्रदर्शन। किसानों ने स्कूटर की अर्थी बना के वह सिलेंडर को फांसी देकर किया अपना रोष व्यक्त। धरने के दौरान सुरक्षा को मद्देनजर रखते हुए पुलिस का भी रहा कड़ा पहरा। तो चलिए अब जानते हैं कि धरने पर मौजूद लोगों का इस पर क्या कहना है। सरकार के खिलाफ लोगों ने एक आवाज दी संयुक्त मोर्चे दी कि इतनी महंगाई हो चुकी है, इस सरकार के खिलाफ आते मुंह खोलो ते किसानों दा के साथ दियो, इस महंगाई दी मार तो बचो, क्योंकि मोदी सरकार ने ਜਿਹੜਾ ਮੂੰਹ ਦੇ ਉੱਤੇ ਮਾਸਕ ਲਵਾਇਆ ਨਾ ਲੋਕਾਂ ਦੇ, ਉਹ ਲੋਕਾਂ ਨੂੰ ਗੁੰਗੇ ਬਣਾਉਣ ਲਈ ਲਾਇਆ। ਮੇਰੀ ਲੋਕਾਂ ਨੂੰ ਅਪੀਲ ਆ ਕਿ ਹੱਥ ਬੰਨ ਕੇ ਬੇਨਤੀ ਆ, ਜਿਹੜਾ ਤੁਹਾਡੇ ਮੂੰਹ ਦੇ ਉੱਤੇ ਲੱਗਿਆ ਮਾਸਕ ਆ ਤੁਹਾਨੂੰ ਕੋਰੋਨਾ ਤੋਂ ਤਾਂ ਬਚਾ ਸਕਦਾ, ਪਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਬਰਬਾਦੀ ਕਰ ਦੂਗਾ। ਤੁਹਾਡੇ ਮੂੰਹ ਤੇ ਲੱਗਿਆ ਤਾਲਾ ਤੁਹਾਡੀਆਂ ਪੀੜ੍ਹੀਆਂ ਨੂੰ ਜਮਾਂ ਬਰਬਾਦ ਕਰਕੇ ਰੱਖ ਦੂਗਾ, ਕਿਉਂਕਿ ਮਹਿੰਗਾਈ ਇੰਨੀ ਹੋ ਜਾਣੀ ਆ, ਸਿਲੰਡਰ ਦਾ ਰੇਟ ਆ ਜੋ ਵੱਧ ਰਿਹਾ, ਆਉਣ ਵਾਲੇ ਟਾਈਮ ਦੇ ਵਿੱਚ ਚੁੱਲ੍ਹੇ ਬਾਲਣੇ ਪੈਣਗੇ। ਚੰਡੀਗੜ੍ਹ ਇਹੋ ਜਿਹਾ ਸ਼ਹਿਰ ਆ ਜਿੱਥੇ ਅਸੀਂ ਚੁੱਲ੍ਹਾ ਵੀ ਨਹੀਂ ਬਾਲ ਸਕਦੇ, ਮਿਡਲ ਕਲਾਸ ਪਿਸੂਗਾ। ਹੱਥ ਬੰਨ ਕੇ ਬੇਨਤੀ ਹੈ ਇਹਨਾਂ ਲੋਕਾਂ ਨੂੰ ਕਿ ਸਰਕਾਰ ਦੇ ਖਿਲਾਫ ਬੋਲੋ। ਅੱਜ ਸੜਕਾਂ ਤੇ ਕਿਸਾਨ ਆ, ਪਰ ਕੱਲ ਨੂੰ ਵਾਰੀ ਥੋਡੀ ਵੀ ਆ। ਇਹ ਸਰਕਾਰਾਂ ਦੇ ਖਿਲਾਫ ਬੋਲਣਾ ਪਊਗਾ, ਨਹੀਂ ਤਾਂ ਇਹ ਸਰਕਾਰਾਂ ਸਾਡੇ ਤੇ ਹਾਵੀ ਹੋ ਕੇ ਸਾਨੂੰ ਬਰਬਾਦ ਕਰਕੇ ਰੱਖ ਦੇਣਗੀਆਂ। ਅਬਾਨੀਆਂ ਅਡਾਨੀਆਂ ਵਰਗੇ ਚੋਰਾਂ ਨੂੰ ਸਾਡੇ ਸ਼ਹਿਰਾਂ ਪਿੰਡਾਂ ਦੇ ਵਿੱਚ ਵਾੜ ਕੇ ਸਾਨੂੰ ਬਰਬਾਦ ਕਰ ਦੇਣਗੀਆਂ। ਜੇ ਵਿਕਣ ਤੋਂ ਬਚਣਾ ਹੈ ਤਾਂ ਆਪਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰੋ ਔਰ ਬੋਲੋ। ਕਿਸੇ ਦੇ ਕੰਡਾ ਵੀ ਵੱਜ ਜੇ ਤੇ ਮਗਰਮੱਛ ਦੇ ਅੰਸੂ ਵਾਂਦਾ, ਬਹੁਤ ਸ਼ਰਮ ਦੀ ਗੱਲ ਆ। ਇੱਕ ਪ੍ਰਧਾਨ ਮੰਤਰੀ ਦੇ ਹੁੰਦੇ ਹੋਇਆ ਦੇਸ਼ ਦੇ ਵਿੱਚ 500 ਕਿਸਾਨ ਮਰਦਾ, ਤਾਂ ਉਹ ਬੰਦਾ ਇੱਕ ਵਾਰੀ ਵੀ ਆਪਦੇ ਮੂੰਹ ਦੇ ਵਿੱਚ ਇਹ ਗੱਲ ਨਹੀਂ ਕਹਿੰਦਾ ਕਿ ਬਹੁਤ ਮਾੜਾ ਹੋਇਆ ਜਾਂ ਕੁਛ ਵੀ ਹੋਇਆ। ਇਹ ਪ੍ਰਧਾਨ ਮੰਤਰੀ ਅੰਨਾ ਗੁੰਗਾ ਤੇ ਬੋਲਾ ਹੈ, ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਆਪਦੀ ਕੁਰਸੀ ਦੇ ਉੱਤੋਂ। ਅਸਤੀਫਾ ਨਹੀਂ ਦੇ ਸਕਦਾ ਨਾ ਤਾਂ ਨੱਕ ਦਬੋ ਕੇ ਮਰ ਜੇ ਇਹੋ ਜਿਹਾ ਪ੍ਰਧਾਨ ਮੰਤਰੀ ਜਿਹੜੇ ਨੇ ਸਾਡੇ ਦੇਸ਼ ਦੇ ਅੰਨਦਾਤੇ ਨੂੰ ਅੱਜ ਸੜਕਾਂ ਦੇ ਉੱਤੇ ਇਹੋ ਜਿਹੀ ਭੀੜ ਪਾਈ ਵੀ ਆ। ਸ਼ਰਮ ਨਹੀਂ ਆਉਂਦੀ ਔਰਤਾਂ ਤੇ ਅਤਿਆਚਾਰ? ਕਿਹੜਾ ਵਰਗ ਅੱਜ ਦੁਖੀ ਨੀਗਾ? ਟੀਚਰ ਦੁਖੀ, ਕਿਸਾਨ ਦੁਖੀ, ਬੱਚੇ ਦੁਖੀ, ਹਰ ਇਨਸਾਨ ਇਸ ਸਰਕਾਰ ਦੇ ਉੱਤੋਂ ਦੁਖੀ ਆ। ਇਹ ਰਾਜਨੀਤਿਕ ਪਾਰਟੀਆਂ ਨੂੰ ਘਰਾਂ ਦੇ ਵਿੱਚ ਵਾੜਨ ਨਾ ਦਿਓ, ਬਾਈਕਾਟ ਕਰੋ ਇਹਨਾਂ ਦਾ, ਡੰਡੇ ਚੱਕ ਲਓ ਆਪਦੇ ਘਰਾਂ ਦੇ ਅੰਦਰ। ਇਹਨਾਂ ਲੋਕਾਂ ਨੂੰ ਤੁਸੀਂ ਸੜਕਾਂ ਤੇ ਨਹੀਂ ਨਾ ਆ ਸਕਦੇ, ਕਮ ਸੇ ਕਮ ਡੰਡਾ ਲੈ ਕੇ ਆਪਦੇ ਘਰਾਂ ਦੇ ਬਾਹਰ ਖੜੇ ਹੋ ਜਾਓ, ਇਹਨਾਂ ਨੂੰ ਘਰਾਂ ਦੇ ਅੰਦਰ ਨਾ ਵੜਨ ਦਿਓ। ਦੇਖੋ ਅਸੀਂ ਉਹਨਾਂ ਦੇ ਬਿਲਕੁਲ, ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਇਸ ਕੰਮ ਦੇ ਉੱਤੇ ਵਿਚਾਰ ਹੋਣਾ ਜ਼ਰੂਰੀ ਆ, ਕਿਉਂਕਿ ਰਾਜਨੀਤੀ ਕਰਨਾ ਇਕੱਲਾ ਅਕਾਲੀ ਤੇ ਕਾਂਗਰਸੀਆਂ ਦਾ ਕੰਮ ਨਹੀਂ ਹੈਗਾ। ਅਕਾਲੀ ਆਏ ਕਾਂਗਰਸੀ ਚਲੇ ਗਏ, ਕਾਂਗਰਸੀ ਆਏ ਅਕਾਲੀ ਚਲੇ ਗਏ। ਰਾਜਨੀਤੀ ਨੂੰ ਬਦਲਣਾ ਪਊਗਾ, ਸਿਸਟਮ ਨੂੰ ਬਦਲਣਾ ਪਊਗਾ, ਸਿਸਟਮ ਦੇ ਵਿੱਚ ਸਾਨੂੰ ਵੜਨਾ ਪਊਗਾ, ਤਾਂ ਸਿਸਟਮ ਚੇਂਜ ਹੋਊਗਾ। ਮੈਂ ਤਾਂ ਬਿਲਕੁਲ ਇਹ ਗੱਲ ਕਹਿੰਦੀ ਹਾਂ ਕਿ ਇਹ ਪਾਰਟੀਆਂ ਬਣਨੀਆਂ ਚਾਹੀਦੀਆਂ, ਸਾਡੇ ਨੌਜਵਾਨ ਪੜ੍ਹੇ ਲਿਖੇ ਜਿਹੜੇ ਲੋਕ ਆ, ਬੱਚੇ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਇਹ ਸਿਸਟਮ ਨੂੰ ਬਦਲ ਕੇ ਹੀ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਪੰਜਾਬ ਦਾ ਇਲੈਕਸ਼ਨ ਆ। ਮੇਰੀ ਨੌਜਵਾਨਾਂ ਨੂੰ ਅਪੀਲ ਆ ਕਿ ਕਾਂਗਰਸੀ ਅਕਾਲੀ ਸਰਕਾਰਾਂ ਦਾ, ਇਹਨਾਂ ਸਰਕਾਰਾਂ ਦਾ ਨਹੀਂ ਕੰਮ ਇਕੱਲਾ ਕਿ ਇਹ ਰਾਜਨੀਤੀ ਕਰ ਸਕਦੀਆਂ। ਸਾਨੂੰ ਕਹਿੰਦੇ ਇਹ ਰਾਜਨੀਤੀਆਂ ਕਰਦੇ ਆ, ਅਸੀਂ ਕਰਾਂਗੇ ਰਾਜਨੀਤੀਆਂ। ਅਸੀਂ ਦੇਸ਼ ਦੇ ਸਿਸਟਮ ਨੂੰ ਬਦਲਣ ਦੀ ਹਿੰਮਤ ਰੱਖਦੇ ਹਾਂ, ਅਸੀਂ ਬਦਲਾਂਗੇ ਦੇਸ਼ ਦੇ ਸਿਸਟਮ ਨੂੰ। ਅਸੀਂ ਇਸ ਸਿਸਟਮ ਦੇ ਵਿੱਚ ਜਾਵਾਂਗੇ, ਅਸੀਂ ਇਸ ਸਿਸਟਮ ਦੇ ਵਿੱਚ ਜਾ ਕੇ ਅਸੀਂ ਆਪਣੇ ਦੇਸ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।